ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਨੇ? ਠੀਕ ਹੋ? ਇਸ ਟਾਈਮ ਜਨਾਬ ਅਸੀਂ ਖਲੇ ਹਾਂ ਦਰਬਾਰ ਹਜ਼ਰਤ ਬਾਬਾ ਸ਼ਾਹ ਕਮਾਲ ਚਿਸ਼ਤੀ ਰਹਿਮਤੁਲਾਹ ਕਸੂਰ, ਠੀਕ ਹੈ, ਕਮਾਲ ਚਿਸ਼ਤੀ ਮੋੜ 'ਤੇ ਖੜ੍ਹੇ ਹਾਂ ਅਤੇ ਜਾ ਰਹੇ ਹਾਂ ਜਨਾਬ ਅੱਜ ਪਰੇਡ ਵੇਖਣ, 14 ਅਗਸਤ ਦੇ ਸਿਲਸਿਲੇ ਵਿੱਚ ਪਰੇਡ ਵੇਖਣ ਜਾ ਰਹੇ ਹਾਂ ਅਤੇ ਅਸੀਂ ਇੱਥੋਂ ਜਨਾਬ ਲਓ ਜੀ ਅਸੀਂ ਨਜ਼ਾਰੇ ਵੇਖ ਲਓ। ਕਮਾਲ ਚਿਸ਼ਤੀ ਮੋੜ ਤੋਂ ਅਸੀਂ ਜਾ ਰਹੇ ਹਾਂ ਜਨਾਬ ਗੰਡਾ ਸਿੰਘ ਬਾਰਡਰ 'ਤੇ। ਇੰਡੀਆ ਅਤੇ ਪਾਕਿਸਤਾਨ ਦਾ ਜਿਹੜਾ ਸਾਂਝਾ ਬਾਰਡਰ ਹੈ ਜਨਾਬ ਗੰਡਾ ਸਿੰਘ ਬਾਰਡਰ 'ਤੇ ਪਰੇਡ ਵੇਖਣ ਵਾਸਤੇ ਕਾਫੀ ਜ਼ਿਆਦਾ ਤਾਦਾਦ ਵਿੱਚ ਇੰਡੀਅਨ ਵੀ ਆਉਂਦੇ ਨੇ ਅਤੇ ਪਾਕਿਸਤਾਨੀ ਵੀ ਇੱਧਰੋਂ ਜਾਂਦੇ ਨੇ। ਬੜਾ ਮਜ਼ਾ ਆਉਂਦਾ, ਇਨਸ਼ਾਅੱਲਾ ਅਸੀਂ ਤੁਹਾਨੂੰ ਵਿਖਾਵਾਂਗੇ ਅਤੇ ਸਾਡੇ ਨਾਲ ਰਹਿਣਾ, ਵੀਡੀਓ ਪੂਰੀ ਦੇਖਣਾ, ਬਿਲਕੁਲ ਮਜ਼ਾ ਆਏਗਾ। ਅਤੇ ਵੇਖਦੇ ਰਹੋ ਅਤੇ ਲਾਈਕ ਕਰਦੇ ਰਹੋ ਅਤੇ ਸ਼ੇਅਰ ਕਰਦੇ ਰਹੋ। ਤੁਹਾਨੂੰ ਪਰੇਡ ਵੀ ਵਿਖਾਵਾਂਗੇ, ਪਾਕਿਸਤਾਨੀ ਫੌਜੀਆਂ ਦਾ ਜਜ਼ਬਾ ਵੀ ਵਿਖਾਵਾਂਗੇ, ਇੰਡੀਅਨ ਆਰਮੀ ਦਾ ਵੀ ਜੋਸ਼ੋ ਜਜ਼ਬਾ ਵਿਖਾਵਾਂਗੇ। ਤੁਹਾਨੂੰ ਕਿੰਨੇ ਐਕਸਾਈਟਡ ਹੁੰਦੇ ਨੇ ਇੱਕ ਦੂਜੇ ਨੂੰ ਵੇਖ ਕੇ, ਹਰੀਫ ਮੁਲਕ, ਠੀਕ ਹੈ ਜੀ। ਇਹ ਵੇਖੋ ਜੀ ਪਿਆਰੇ ਯਾਰਾ, ਆੜੂ ਚੱਕਰਾ ਜਰਾ ਨਾਜ਼ਰੀਨ ਨੂੰ। ਆੜੂ ਵੀ ਜਨਾਬ ਬੜਾ ਮਹਿੰਗਾ ਹੋਇਆ ਪਿਆ ਅਤੇ ਖਾਣ ਵਾਲਾ ਵੀ ਉਹ ਨਹੀਂ ਹੋਇਆ, ਆੜੂ ਮਿੱਠਾ ਹੋਣ ਹੋਇਆ ਬਾਰਿਸ਼ਾਂ ਨਾਲ। ਅਤੇ ਇੱਧਰ ਗਰਮਾ ਵਾ ਯਾਰ, ਗਰਮਾ ਇਹ ਸਾਰਾ ਕੁਝ ਵਿਖਾ ਦੇਣਾ। ਜੇ ਆਵਾਜ਼ ਸਹੀ ਤਰੀਕੇ ਨਾਲ ਆ ਰਹੀ ਹੈ ਤਾਂ ਮੈਸੇਜ ਕਰੋ, ਜਰਾ ਕਮੈਂਟ ਕਰੋ। ਅਸੀਂ ਹੁਣ ਜਨਾਬ ਕਸੂਰ ਗੰਡਾ ਸਿੰਘ ਰੋਡ 'ਤੇ ਜਾ ਰਹੇ ਹਾਂ। ਇਹ ਰੋਡ ਕਦੇ ਇੰਡੀਆ ਦੇ ਵਿੱਚ ਜਾਂਦਾ ਹੁੰਦਾ ਸੀ, ਹੁਣ ਸਿਰਫ ਗੰਡਾ ਸਿੰਘ ਬਾਰਡਰ ਤੱਕ ਜਾਂਦਾ ਹੈ। ਅਤੇ ਤੁਹਾਨੂੰ ਜਨਾਬ ਸਾਰੇ ਨਜ਼ਾਰੇ ਵਿਖਾਵਾਂਗੇ ਅਤੇ ਲੈਟਸ ਗੋ, ਬੰਦ ਕਰ ਲਓ। ਨਾਜ਼ਰੀਨ ਅਸੀਂ ਆ ਗਏ ਹਾਂ, ਪਹੁੰਚ ਗਏ ਹਾਂ ਇੱਥੇ ਜਿੱਥੇ ਪਾਰਕਿੰਗ ਹੈ ਗੰਡਾ ਸਿੰਘ ਬਾਰਡਰ ਦੀ, ਪਾਰਕਿੰਗ 'ਤੇ ਪਹੁੰਚ ਗਏ ਹੁਣ। ਇਨਸ਼ਾਅੱਲਾ ਅੱਗੇ ਜਾ ਕੇ ਤੁਹਾਨੂੰ ਪਰੇਡ ਵਿਖਾਵਾਂਗੇ। ਹਾਂਜੀ ਵੇਖੋ ਜਨਾਬ, ਇਹ ਮੇਨ ਐਂਟਰੈਂਸ 'ਤੇ ਆ ਗਏ ਹਾਂ ਗੰਡਾ ਸਿੰਘ ਬਾਰਡਰ ਦੀ। ਅਤੇ ਇਹ ਵੇਖੋ ਕਿਵੇਂ ਰਸ਼ ਲੱਗਾ ਹੋਇਆ, ਕਾਫੀ ਆਵਾਮ ਮਾਸ਼ਾਅੱਲਾ ਪਰੇਡ ਵੇਖਣ ਵਾਸਤੇ ਆਈ ਹੋਈ ਹੈ ਅਤੇ ਲਾਈਨ ਦੇ ਵਿੱਚ ਲੱਗੀ ਹੋਈ ਹੈ। ਇਹਦੇ ਵਿੱਚ ਕਾਫੀ ਸਾਰੇ ਟਿਕਟੋਕਰ ਵੀ ਹੋਣਗੇ ਯਕੀਨਨ। ਤੁਸੀਂ ਅੱਗੇ ਅੱਗੇ ਲੱਗੇ ਜਾਂਦੇ, ਮਾਈਕ ਕੱਢੋ, ਮਾਈਕ ਆਪਣਾ ਮਾਈਕ ਨਿਕਾਲ ਲੈਣਾ ਫਾਇਰ। ਤੁਸੀਂ ਬਾਹਰ ਨਿਕਲੋ ਤੁਹਾਡਾ ਜੀ। ਤਾਂ ਦੋਸਤੋ ਕਾਫੀ ਜ਼ਿਆਦਾ ਸਿਕਿਉਰਿਟੀ ਕੇ ਬਾਅਦ, ਚੈਕਿੰਗ ਕੇ ਬਾਅਦ ਹਮ ਐਂਟਰ ਹੋ ਗਏ ਪਹਿਲੇ ਗੇਟ ਸੇ। ਨਹੀਂ ਇਹ ਕਹਿਣਾ ਭਾਈ ਹਮਾਰੀ ਇੱਜ਼ਤ ਅਫਜ਼ਾਈ ਅੱਛੀ ਕੀ ਹੈ ਉਹਨਾਂ ਨੇ। ਹਾਂਜੀ ਬਿਲਕੁਲ, ਜੋ ਪਹਿਲੇ ਆਏ ਥੇ ਵੋ ਪਿੱਛੇ ਵੀ ਖੜੇ ਮੇਂ ਲਗੇ ਹੋਏ ਹੈ, ਵੋ ਅਭੀ ਤੱਕ ਲਗੇ ਹੋਏ ਹੈ। ਲੇਕਿਨ ਇਹ ਜੋ ਮੀਡੀਆ ਪਰਸਨ ਹੈ ਇਹ ਅੱਗੇ ਜਾ ਰਹੇ ਹਨ, ਕੋ ਛੁੱਟੀ ਮਿਲ ਗਈ ਹੈ ਉਨਸੇ ਪਹਿਲੇ ਹੀ। ਦੇਖ ਲੇ ਕਿਤਨੀ ਆਵਾਮ ਹੈ, ਔਰ ਵੋ ਜੋ ਆਖਰੀ ਗੇਟ ਹੈ ਚੈਕਿੰਗ ਕਾ ਗੇਟ ਵੋ ਆ ਗਿਆ ਜੀ। ਜਲਦੀ ਆ ਜਾਣ ਭਾਈ, ਬਾਰਿਸ਼ ਵੀ ਆ ਰਹੀ ਹੈ। ਡਿਪਾਰਟਮੈਂਟ ਗਵਰਨਮੈਂਟ ਆਫ ਪੰਜਾਬ ਐਂਡ ਆਫ ਪ੍ਰੋਜੈਕਟ ਗੰਡਾ ਸਿੰਘ ਕਸੂਰ। ਹਾਂਜੀ ਲਓ ਜਨਾਬ, ਗੰਡਾ ਸਿੰਘ ਕਸੂਰ ਬਾਰਡਰ 'ਤੇ ਆ ਗਏ ਹਮ। ਇਹ ਇਫਤਤਾਹੀ ਬੋਰਡ ਲਗਾ ਹੋਇਆ ਆਪਣੇ ਦੇਖ ਲਈ ਹੈ, ਔਰ ਮੇਨ ਗੇਟ ਆ ਗਿਆ ਜਿਸ 'ਤੇ ਮਾਸ਼ਾਅੱਲਾ ਕਲਮਾ ਵੀ ਦੇਖਾ ਹੋਇਆ ਹੈ। ਲਓ ਜੀ ਮੇਨ ਗੇਟ 'ਤੇ ਆ ਗਏ ਹਮ, ਗੰਡਾ ਸਿੰਘ ਬਾਰਡਰ 'ਤੇ ਮੇਨ ਗੇਟ 'ਤੇ ਆ ਗਏ ਹਾਂ। ਆਪ ਦੇਖ ਰਹੇ ਹੋ ਜਨਾਬ, ਬਹੁਤ ਮਜ਼ਾ ਆ ਰਿਹਾ। ਇਹ ਕੀ ਦਿਖਾਏ ਜੀ, ਇਹ ਦਿੱਲੀ 360 ਕਿਲੋਮੀਟਰ ਔਰ ਫਿਰੋਜ਼ਪੁਰ 9 ਕਿਲੋਮੀਟਰ, ਇਹਦੇ ਸੇ ਫਿਰੋਜ਼ਪੁਰ 9 ਕਿਲੋਮੀਟਰ ਹੈ ਜੀ। ਔਰ ਇਹ ਕੈਂਟੀਨ ਦੇਖ ਲੈ, ਜਾਤੀ ਔਰ ਛੇਤ ਸੇ ਸੰਬੰਧੇ ਕੋਈ ਵੀ ਸਲੋਗਨ ਨਾ ਬੋਲ ਰਹੇ ਹੈ, ਸੁਣਨ ਕੇ ਨਾਲ ਪ੍ਰੇਸ ਭਗਤ ਸੇ ਸੰਬੰਧੇ ਬੋਲ, ਜੈਸੇ ਭਾਰਤ ਮਾਤਾ ਕੀ ਜੈ, ਹਿੰਦੁਸਤਾਨ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਔਰ ਬੰਦੇ ਆਪਣੇ ਵੀ ਬੰਦੇ ਹੋ ਗਏ। بسم اللہ الرحمن الرحیم, تمام معزز مہمانوں کو السلام علیکم۔ وعلیکم السلام۔ پاکستان رینجرز کی طرف سے ہم آپ کو گنڈا سنگھ بارڈر پر خوش آمدید کہتے ہیں۔ تمام بہن بھائیوں اور بچوں سے گزارش ہے کہ پریڈ کے دوران پریڈ وینیو میں غیر اخلاقی نعروں اور ہوٹنگ سے پرہیز کریں، ماں سوائے ان نعروں کے۔ نعرہ تکبیر، اللہ اکبر، پاکستان زندہ باد،
پاکستان کا مطلب کیا؟ لا الہ الا اللہ اور جیوے جیوے پاکستان. شکریہ. بلند ہو رہی نے جناب ادھر انڈیا والے بھی نعرے بازی کر رہے نے تھی سارا ویک سکتے جی لائیو ویک بولو کرو بنا کے پتا چلے چلتا کلپ نا چھوٹے بنانے بنا فوجی
जिंदाबाद जिंदाबाद Pakistan ke matlab kya la ilaha illallah pakistan ke matlab kya la